ਇੱਕ ਸ਼ਖਸ ਦੀਆਂ ਅੱਖਾਂ ਤੇ ਚਾਈਨਾ ਡੋਰ ਫਿਰ ਜਾਂਦੀ ਹੈ, ਜਿਸ ਤੋਂ ਬਾਅਦ ਉਸ ਦੀ ਅੱਖਾਂ ਦੇ ਉੱਪਰ ਦੀ ਚਮੜੀ ਉੱਧੜ ਗਈ। ਅੱਖਾਂ ਦਾ ਬਚਾਅ ਦੇਖੋ ਕਿਸ ਤਰ੍ਹਾਂ ਹੋਇਆ ਏ, ਪਰ ਉੱਪਰਲੀ ਜਿਹੜੀ ਚਮੜੀ ਹੈ, ਅੱਖ ਹੈ, ਨੱਕ ਹੈ, ਸਾਰੀ ਪਾੜ ਗਈ। ਤਾਂ ਚਾਈਨਾ ਡੋਰ ਕਰਕੇ ਕਈ ਟਾਂਕੇ ਲੱਗੇ ਨੇ ਇਸ ਸ਼ਖਸ ਦੇ। ਕਿਤੇ ਜਾ ਰਿਹਾ ਸੀ ਰਾਹ ਦੇ ਵਿੱਚ, ਸਰਦਾਰ ਸ਼ਖਸ ਹੈ ਇਹ, ਕਿਉਂਕਿ ਹੈਲਮਟ ਨਹੀਂ ਪਾਇਆ ਸੀ, ਤਾਂ ਕਰਕੇ ਨਾ ਹੀ ਸਰਦਾਰ ਬੰਦੇ ਹੈਲਮਟ ਪਾਉਂਦੇ ਨੇ, ਤਾਂ ਜਿਸ ਕਰਕੇ ਅੱਖਾਂ ਦੇ ਉੱਤੋਂ ਇਹ ਚਾਈਨਾ ਡੋਰ ਫਿਰ ਜਾਂਦੀ ਹੈ। ਤਾਂ ਬੜੀ ਬੁਰੀ ਤਰੀਕੇ ਦੇ ਨਾਲ ਇਹ ਮੂੰਹ ਪੱਟ ਗਿਆ ਇਸ ਸ਼ਖਸ ਦਾ। ਡਾਕਟਰ ਵੀ ਹੈਰਾਨ ਸਨ, ਕਿਉਂਕਿ ਜਿਹੜੇ ਜ਼ਖਮ ਨੇ, ਜਿਹੜੇ ਸੱਟਾਂ ਨੇ, ਇੰਨਾ ਗਹਿਰਾ ਚੀਰਾ ਪਿਆ ਏ ਕਿ ਦੇਖ ਕੇ ਘਬਰਾਹਟ ਹੋਣ ਲੱਗ ਜਾਵੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਫਗਵਾੜਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਤਰਲੋਕ ਸਿੰਘ ਨਾਮ ਦਾ ਇਹ ਸ਼ਖਸ ਸਰਦਾਰ ਜੀ ਨੇ, ਜੋ ਕਿ ਕਿਤੇ ਜਾ ਰਹੀ ਸੀ ਆਪਣੇ ਪਿੰਡ ਤੋਂ ਘੁੰਮਣ ਦੇ ਲਈ, ਤਾਂ ਰਾਹ ਦੇ ਵਿੱਚ ਇਹਨਾਂ ਦੇ ਮੂੰਹ 'ਤੇ ਚਾਈਨਾ ਡੋਰ ਫਿਰ ਗਈ, ਜਿਸ ਤੋਂ ਬਾਅਦ ਬੜੀ ਬੁਰੀ ਤਰੀਕੇ ਦੇ ਨਾਲ ਇਹਨਾਂ ਦਾ ਮੂੰਹ ਪਾਟ ਗਿਆ। ਅੱਖਾਂ ਜਿਹੜੀਆਂ, ਅੱਖਾਂ ਦੇ ਉੱਤੇ ਚਮੜੀ ਹੁੰਦੀ ਹੈ, ਉਹ ਉੱਧੜ ਗਈ ਹੈ, ਅੰਦਰੋਂ ਅੱਖ ਦਿਖਣ ਲੱਗ ਗਈ। ਜਿਵੇਂ ਕਿ ਆਪਾਂ ਪਲਕਾਂ ਝਪਕ ਲੈਂਦੇ ਹਾਂ ਤਾਂ ਆਪਣੀਆਂ ਅੱਖਾਂ ਬੰਦ ਹੁੰਦੀਆਂ ਨੇ, ਤਾਂ ਜਿਹੜਾ ਉੱਪਰਲਾ ਮਾਸ ਹੈ ਉਹਦਾ, ਉਹ ਵੀ ਲੱਥ ਗਿਆ। ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਦਰਦ ਸਹਿਣ ਕਰ ਰਿਹਾ ਇਹ ਤਰਲੋਕ ਸਿੰਘ। ਕਿਸੇ ਦੀ ਗਲਤੀ, ਕਿਉਂਕਿ ਚਾਈਨਾ ਡੋਰ ਪੰਜਾਬ ਦੇ ਵਿੱਚ ਬੈਨ ਹੈ, ਪਰ ਲੋਕ ਮੰਨਦੇ ਨਹੀਂ ਜਦ ਤੱਕ ਆਪਣੇ 'ਤੇ ਨਾ ਵਰਤੇ, ਕਿਉਂਕਿ ਕਈ ਲੋਕ ਹਾਲੇ ਵੀ ਚਾਈਨਾ ਡੋਰ ਦੀ ਵਰਤੋਂ ਕਰ ਰਹੇ ਨੇ। ਹਾਲਾਂਕਿ ਪੰਜਾਬ ਪੁਲਿਸ ਦੇ ਵੱਲੋਂ ਵੱਖ ਵੱਖ ਥਾਵਾਂ 'ਤੇ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ, ਕਈ ਗੱਟੂ ਫੜੇ ਵੀ ਗਏ ਨੇ, ਅਤੇ ਕਈ ਲੋਕ ਜਿਹੜੇ ਕਿ ਇਸ ਧੰਦੇ ਦੇ ਵਿੱਚ ਸਨ, ਜੋ ਚਾਈਨਾ ਡੋਰ ਵੇਚਦੇ ਸਨ, ਉਹਨਾਂ ਨੂੰ ਸਲਾਖਾਂ ਪਿੱਛੇ ਵੀ ਭੇਜਿਆ ਗਿਆ ਏ। ਪਰ ਹਾਲੇ ਵੀ ਇਹ ਬਸੰਤ ਤੱਕ ਚਾਈਨਾ ਡੋਰ ਧੜੱਲੇ ਦੇ ਨਾਲ ਵਿਕੂਗੀ, ਅਤੇ ਲਗਾਤਾਰ ਮਾਮਲੇ ਸਾਹਮਣੇ ਆਉਂਦੇ ਨੇ। ਇਸ ਸ਼ਖਸ ਨਾਲ ਦੇਖੋ ਕਿੰਨੀ ਮਾੜੀ ਹੋਈ, ਆਪਣੇ ਪਿੰਡ ਤੋਂ ਕਿਤੇ ਘੁੰਮਣ ਜਾ ਰਿਹਾ ਸੀ, ਅਤੇ ਅੱਖਾਂ, ਇਸ ਦੀਆਂ ਅੱਖਾਂ ਦੀ ਜਿਹੜੀ ਚਮੜੀ ਹੈ, ਉਹ ਪੂਰੀ ਉੱਧੜ ਗਈ ਬੁਰੀ ਤਰੀਕੇ ਦੇ ਨਾਲ। ਤੁਹਾਨੂੰ ਤਸਵੀਰਾਂ ਨਹੀਂ ਦਿਖਾ ਸਕਦੇ, ਕਿਉਂਕਿ ਮਨ ਵਿਚਲਿਤ ਕਰਨ ਵਾਲੀਆਂ ਇਹ ਤਸਵੀਰਾਂ ਨੇ। ਤੁਸੀਂ ਅੰਦਾਜ਼ਾ ਲਗਾ ਲਓ ਕਿ ਕਿੰਨਾ ਭਿਆਨਕ ਹਾਦਸਾ ਹੋਇਆ ਹੈ। ਬਾਕੀ ਡਾਕਟਰ ਦੇ ਕੋਲੋਂ ਜਾਣਦੇ ਹਾਂ ਕਿ ਆਖਿਰਕਾਰ ਕਿੰਨੇ ਟਾਂਕੇ ਲੱਗੇ ਨੇ, ਕਿਵੇਂ ਇਹਨਾਂ ਦੀ ਅੱਖ ਸਹੀ ਹੋਊਗੀ, ਆਓ ਜਾਣਦੇ ਹਾਂ। ਹਾਂਜੀ ਸਰ, ਮੈਂ EMP ਸੁਖਮਨਜੀਤ ਸਿੰਘ, ਸਿਵਲ ਹਸਪੀਟਲ ਫਗਵਾੜਾ। ਸਾਨੂੰ ਕਾਲ ਆਈ ਸੀਗੀ ਕਿ ਚਾਚੋਗੀ ਪੁਲ ਦੇ ਉੱਪਰ ਨਾ ਕੋਈ ਐਕਸੀਡੈਂਟ ਹੋਇਆ, ਪਰ ਜਦੋਂ ਜਾ ਕੇ ਦੇਖਿਆ ਤਾਂ ਉਹਨਾਂ ਦੇ ਨਾ ਅੱਖਾਂ ਦੇ ਵਿੱਚ ਨਾ ਚਾਈਨਾ ਦੀ ਡੋਰ ਫਿਰੀ ਹੋਈ ਸੀਗੀ, ਜਿਹਦੇ ਨਾਲ ਉਹਨਾਂ ਦੀਆਂ ਪੂਰੀਆਂ ਅੱਖਾਂ ਵੱਢ ਹੋ ਗਈਆਂ। ਉਸ ਤੋਂ ਬਾਅਦ ਉਹਨਾਂ ਨੂੰ ਫਸਟ ਏਡ ਦੇ ਕੇ ਅਤੇ ਸਿਵਲ ਹਸਪੀਟਲ ਫਗਵਾੜੇ ਲੈ ਕੇ ਆਏ ਹਾਂ, ਇੱਥੇ ਐਮਰਜੈਂਸੀ ਦੇ ਵਿੱਚ ਇੱਥੇ ਐਡਮਿਟ ਕਰਵਾਇਆ ਉਹਨਾਂ ਨੂੰ। ਅਤੇ ਉਹਨਾਂ ਦਾ ਕੋਈ ਮੌਕੇ 'ਤੇ ਨਾਮ ਵਗੈਰਾ ਪਤਾ ਲੱਗਾ ਜੀ ਉਹਨਾਂ ਦਾ? ਹਾਂਜੀ, ਤਰਲੋਕ ਸਿੰਘ ਨਾਮ ਆ, ਘੁੰਮਣਾ ਮਣਕਾ ਉਹਨਾਂ ਦਾ ਪਿੰਡ ਆ ਜੀ, ਬਾਕੀ ਘਰਦਿਆਂ ਨਾਲ ਗੱਲ ਹੋਊਗੀ, ਉਹਨਾਂ ਦੇ ਆ ਰਹੇ ਹੋਊਗੀ। ਹਾਂਜੀ, ਵਿਅਕਤੀ ਨੇ ਤਰਲੋਕ ਸਿੰਘ ਜੀ ਨੇ, 50 ਸਾਲ ਦੇ, ਅਤੇ ਚਾਈਨਾ ਜਾ ਰਹੇ ਸੀ ਬਾਈਕ 'ਤੇ, ਅਤੇ ਚਾਈਨਾ ਡੋਰ ਦੇ ਕਾਰਨ ਉਹਨਾਂ ਦੀ ਅੱਖ ਕਾਫੀ ਡੈਮੇਜ ਹੋ ਗਈ ਹੈ, ਡੈਮੇਜ ਬਹੁਤ ਜ਼ਿਆਦਾ, ਅਤੇ ਉਹਨਾਂ ਨੂੰ ਫਸਟ ਏਡ ਦੇ ਦਿੱਤੀ ਗਈ ਹੈ, ਅਤੇ ਉਹਨਾਂ ਨੂੰ ਫਰਦਰ ਆਈ ਸਰਜਰੀ ਨੂੰ ਰੈਫਰ ਕਰ ਦਿੱਤਾ ਗਿਆ।